ਕਈ ਥਾਵਾਂ ਦੇ ਉੱਤੇ ਲੋਕ ਮੀਂਹ ਦੀ ਬੂੰਦ ਨੂੰ ਤਰਸ ਰਹੇ ਨੇ ਤੇ ਕਈ ਥਾਵਾਂ ਦੇ ਉੱਤੇ ਮੀਂਹ ਲੋਕਾਂ ਦੇ ਲਈ ਆਫਤ ਬਣਿਆ ਤੇ ਲੋਕ ਆਪਣਾ ਘਰ ਛੱਡਣ ਨੂੰ ਮਜਬੂਰ ਹੋਏ ਨੇ ਤੇ ਲੋਕ ਜੋ ਨੇ ਉਹ ਹੁਣ ਬੇਘਰ ਹੁੰਦੇ ਜਾਪਦੇ ਦਿਖ ਰਹੇ ਨੇ। ਤਾਂ ਦੱਸ ਦਈਏ ਕਿ ਭਾਰੀ ਬਰਸਾਤ ਦੇ ਕਾਰਨ ਲੋਕਾਂ ਨੂੰ ਹੁਣ ਰੈਸਕਿਊ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਪਿੰਡ ਜੋ ਨੇ ਉਹ ਹੜ੍ਹਾਂ ਦੀ ਮਾਰ ਹੇਠ ਨੇ। ਤਾਂ ਭਿਆਨਕ ਮੀਂਹ ਨੇ ਇੱਕ ਵਾਰ ਫਿਰ ਤੋਂ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜੇਕਰ ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੀ ਤਾਂ ਲਗਾਤਾਰ ਉੱਥੇ ਬੱਦਲ ਫਟਣ ਦੀਆਂ ਅਤੇ ਨਾਲ ਹੀ ਭਾਰੀ ਬਰਸਾਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਪਰ ਇਸ ਵਾਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਜੋ ਹੈ ਉਹ ਜੰਮ ਕੇ ਹੋ ਰਹੀ ਹੈ। ਦੱਸ ਦਈਏ ਕਿ ਇਹ ਤਸਵੀਰਾਂ ਗੁਜਰਾਤ ਤੋਂ ਸਾਹਮਣੇ ਆਈਆਂ ਨੇ, ਸੂਰਤ ਤੋਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਕਿ ਇੱਕ ਪਿੰਡ ਜੋ ਹੈ ਪੂਰਾ ਹੁਣ ਹੜ੍ਹਾਂ ਦੀ ਮਾਰ ਹੇਠ ਆ ਗਿਆ, ਜਿਸ ਦੇ ਕਾਰਨ ਲੋਕ ਜੋ ਨੇ ਆਪਣਾ ਘਰ ਛੱਡ ਕੇ ਦੂਸਰੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਜਬੂਰ ਹੋਏ ਨੇ। ਅਤੇ ਇਸ ਪਿੰਡ ਦੇ ਵਿੱਚ ਹੁਣ ਕਿਹਾ ਜਾ ਰਿਹਾ ਕਿ ਕੋਈ ਵੀ ਨਹੀਂ ਰਹਿ ਰਿਹਾ, ਕਿਉਂਕਿ ਜੋ ਪਾਣੀ ਹੈ ਉਹ ਘਰਾਂ ਦੀਆਂ ਛੱਤਾਂ ਤੱਕ ਪਹੁੰਚ ਚੁੱਕਾ ਹੈ। ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਨਦੀਆਂ ਅਤੇ ਨਾਲੇ ਨੇ ਉਹ ਲਗਾਤਾਰ ਉਫਾਨ 'ਤੇ ਨੇ। ਮੌਸਮ ਵਿਭਾਗ ਦੇ ਵੱਲੋਂ ਕੱਲ੍ਹ ਦਾ ਫਿਰ ਤੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਗੁਜਰਾਤ ਦੇ ਵਿੱਚ, ਕਿਉਂਕਿ ਗੁਜਰਾਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੀਂਹ ਪੈ ਰਿਹਾ, ਕਈ ਏਰੀਏ ਜੋ ਨੇ ਉਹ ਹੜ੍ਹਾਂ ਦੀ ਮਾਰ ਹੇਠ ਨੇ। ਅਤੇ ਇਸੇ ਦੌਰਾਨ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਹੈ ਜਿੱਥੇ ਜੋ ਬਾਰਿਸ਼ ਦਾ ਪਾਣੀ ਹੈ ਉਹ ਘਰਾਂ ਦੀਆਂ ਛੱਤਾਂ ਤੱਕ ਪਹੁੰਚ ਗਿਆ ਹੈ। ਦੱਸ ਦਈਏ ਕਿ ਨਦੀਆਂ ਜੋ ਨੇ ਉਫਾਨ ਦੇ ਉੱਤੇ ਨੇ ਅਤੇ ਓਵਰਫਲੋ ਹੋ ਕੇ ਹੁਣ ਉਹਨਾਂ ਦਾ ਪਾਣੀ ਜੋ ਹੈ ਪਿੰਡਾਂ ਦੇ ਵੱਲ ਵੱਧਦਾ ਨਜ਼ਰ ਆ ਰਿਹਾ। ਅਤੇ NDRF ਦੀ ਟੀਮਾਂ ਦੇ ਵੱਲੋਂ ਮੌਕੇ ਦੇ ਉੱਤੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਅਤੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ। ਹਾਲਾਂਕਿ ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੇਠਲੇ ਇਲਾਕੇ ਲੋਕਾਂ ਨੂੰ ਖਾਲੀ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਤਾਂ ਗੁਜਰਾਤ ਦੇ ਵਿੱਚ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਨੇ, ਪਿੰਡਾਂ ਦੇ ਵਿੱਚ ਜੋ ਘਰ ਨੇ ਉਹਨਾਂ ਦੀਆਂ ਛੱਤਾਂ ਤੱਕ ਪਾਣੀ ਪਹੁੰਚਿਆ। ਅਤੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਆਖਰ ਬਾਰਿਸ਼ ਨੇ ਕਿਸ ਕਦਰ ਇਸ ਥਾਂ ਦੇ ਉੱਤੇ ਤਬਾਹੀ ਮਚਾਈ ਹੈ ਕਿ ਪਾਣੀ ਹੀ ਪਾਣੀ ਪੂਰੇ ਪਿੰਡ ਦੇ ਵਿੱਚ ਦਿਖ ਰਿਹਾ। ਲੋਕ ਜੋ ਨੇ ਉਹ ਤੰਬੂਆਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਏ ਨੇ, ਕੰਮ ਕਾਰ ਲੋਕਾਂ ਦੇ ਛੁੱਟ ਗਏ ਨੇ, ਕਈ ਪਸ਼ੂ ਪਾਣੀਆਂ ਦੇ ਵਿੱਚ ਰੁੜ ਗਏ ਨੇ, ਫਸਲਾਂ ਜੋ ਨੇ ਸਾਰੀਆਂ ਤਬਾਹ ਹੋ ਗਈਆਂ ਨੇ। ਪਰ ਲਗਾਤਾਰ ਬਾਰਿਸ਼ ਜੋ ਹੈ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਅਤੇ ਹੁਣ ਰੈੱਡ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ। ਅੱਜ ਸਵੇਰ ਤੋਂ ਹੀ ਗੁਜਰਾਤ ਦੇ ਸੂਰਤ ਦੇ ਵਿੱਚ ਬਾਰਿਸ਼ ਹੋ ਰਹੀ ਹੈ ਅਤੇ ਨਦੀਆਂ ਦਾ ਪਾਣੀ ਹੁਣ ਪਿੰਡਾਂ ਦੇ ਵੱਲ ਵਧਣਾ ਸ਼ੁਰੂ ਹੋ ਚੁੱਕਾ ਹੈ। ਕਈ ਥਾਵਾਂ ਦੇ ਉੱਤੇ ਲੋਕ ਮੀਂਹ ਦੀ ਬੂੰਦ ਨੂੰ ਤਰਸ ਰਹੇ ਨੇ ਤੇ ਕਈ ਥਾਵਾਂ ਦੇ ਉੱਤੇ ਮੀਂਹ ਲੋਕਾਂ ਦੇ ਲਈ ਆਫਤ ਬਣਿਆ ਤੇ ਲੋਕ ਆਪਣਾ ਘਰ ਛੱਡਣ ਨੂੰ ਮਜਬੂਰ ਹੋਏ ਨੇ ਤੇ ਲੋਕ ਜੋ ਨੇ ਉਹ ਹੁਣ ਬੇਘਰ ਹੁੰਦੇ ਜਾਪਦੇ ਦਿਖ ਰਹੇ ਨੇ। ਤਾਂ ਦੱਸ ਦਈਏ ਕਿ ਭਾਰੀ ਬਰਸਾਤ ਦੇ ਕਾਰਨ ਲੋਕਾਂ ਨੂੰ ਹੁਣ ਰੈਸਕਿਊ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਪਿੰਡ ਜੋ ਨੇ ਉਹ ਹੜ੍ਹਾਂ ਦੀ ਮਾਰ ਹੇਠ ਨੇ। ਤਾਂ ਭਿਆਨਕ ਮੀਂਹ ਨੇ ਇੱਕ ਵਾਰ ਫਿਰ ਤੋਂ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜੇਕਰ ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੀ ਤਾਂ ਲਗਾਤਾਰ ਉੱਥੇ ਬੱਦਲ ਫਟਣ ਦੀਆਂ ਅਤੇ ਨਾਲ ਹੀ ਭਾਰੀ ਬਰਸਾਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਪਰ ਇਸ ਵਾਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਜੋ ਹੈ ਉਹ ਜੰਮ ਕੇ ਹੋ ਰਹੀ ਹੈ। ਦੱਸ ਦਈਏ ਕਿ ਇਹ ਤਸਵੀਰਾਂ ਗੁਜਰਾਤ ਤੋਂ ਸਾਹਮਣੇ ਆਈਆਂ ਨੇ, ਸੂਰਤ ਤੋਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਕਿ ਇੱਕ ਪਿੰਡ ਜੋ ਹੈ ਪੂਰਾ ਹੁਣ ਹੜ੍ਹਾਂ ਦੀ ਮਾਰ ਹੇਠ ਆ ਗਿਆ, ਜਿਸ ਦੇ ਕਾਰਨ ਲੋਕ ਜੋ ਨੇ ਆਪਣਾ ਘਰ ਛੱਡ ਕੇ ਦੂਸਰੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਜਬੂਰ ਹੋਏ ਨੇ। ਅਤੇ ਇਸ ਪਿੰਡ ਦੇ ਵਿੱਚ ਹੁਣ ਕਿਹਾ ਜਾ ਰਿਹਾ ਕਿ ਕੋਈ ਵੀ ਨਹੀਂ ਰਹਿ ਰਿਹਾ, ਕਿਉਂਕਿ ਜੋ ਪਾਣੀ ਹੈ ਉਹ ਘਰਾਂ ਦੀਆਂ ਛੱਤਾਂ ਤੱਕ ਪਹੁੰਚ ਚੁੱਕਾ ਹੈ। ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਨਦੀਆਂ ਅਤੇ ਨਾਲੇ ਨੇ ਉਹ ਲਗਾਤਾਰ ਉਫਾਨ 'ਤੇ ਨੇ। ਮੌਸਮ ਵਿਭਾਗ ਦੇ ਵੱਲੋਂ ਕੱਲ੍ਹ ਦਾ ਫਿਰ ਤੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਗੁਜਰਾਤ ਦੇ ਵਿੱਚ, ਕਿਉਂਕਿ ਗੁਜਰਾਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੀਂਹ ਪੈ ਰਿਹਾ, ਕਈ ਏਰੀਏ ਜੋ ਨੇ ਉਹ ਹੜ੍ਹਾਂ ਦੀ ਮਾਰ ਹੇਠ ਨੇ। ਅਤੇ ਇਸੇ ਦੌਰਾਨ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਹੈ ਜਿੱਥੇ ਜੋ ਬਾਰਿਸ਼ ਦਾ ਪਾਣੀ ਹੈ ਉਹ ਘਰਾਂ ਦੀਆਂ ਛੱਤਾਂ ਤੱਕ ਪਹੁੰਚ ਗਿਆ ਹੈ। ਦੱਸ ਦਈਏ ਕਿ ਨਦੀਆਂ ਜੋ ਨੇ ਉਫਾਨ ਦੇ ਉੱਤੇ ਨੇ ਅਤੇ ਓਵਰਫਲੋ ਹੋ ਕੇ ਹੁਣ ਉਹਨਾਂ ਦਾ ਪਾਣੀ ਜੋ ਹੈ ਪਿੰਡਾਂ ਦੇ ਵੱਲ ਵੱਧਦਾ ਨਜ਼ਰ ਆ ਰਿਹਾ। ਅਤੇ NDRF ਦੀ ਟੀਮਾਂ ਦੇ ਵੱਲੋਂ
ਮੌਕੇ ਦੇ ਉੱਤੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਅਤੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ। ਹਾਲਾਂਕਿ ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੇਠਲੇ ਇਲਾਕੇ ਲੋਕਾਂ ਨੂੰ ਖਾਲੀ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਤਾਂ ਗੁਜਰਾਤ ਦੇ ਵਿੱਚ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਨੇ। ਪਿੰਡਾਂ ਦੇ ਵਿੱਚ ਜੋ ਘਰ ਨੇ ਉਹਨਾਂ ਦੀਆਂ ਛੱਤਾਂ ਤੱਕ ਪਾਣੀ ਪਹੁੰਚਿਆ ਅਤੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਆਖਰ ਬਾਰਿਸ਼ ਨੇ ਕਿਸ ਕਦਰ ਇਸ ਥਾਂ ਦੇ ਉੱਤੇ ਤਬਾਹੀ ਮਚਾਈ ਹੈ ਕਿ ਪਾਣੀ ਹੀ ਪਾਣੀ ਪੂਰੇ ਪਿੰਡ ਦੇ ਵਿੱਚ ਦਿਖ ਰਿਹਾ। ਲੋਕ ਜੋ ਨੇ ਉਹ ਤੰਬੂਆਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਏ ਨੇ। ਕੰਮ ਕਾਰ ਲੋਕਾਂ ਦੇ ਛੁੱਟ ਗਏ ਨੇ, ਕਈ ਪਸ਼ੂ ਪਾਣੀਆਂ ਦੇ ਵਿੱਚ ਰੁੜ ਗਏ ਨੇ, ਫਸਲਾਂ ਜੋ ਨੇ ਸਾਰੀਆਂ ਤਬਾਹ ਹੋ ਗਈਆਂ ਨੇ। ਪਰ ਲਗਾਤਾਰ ਬਾਰਿਸ਼ ਜੋ ਹੈ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਹੁਣ ਰੈੱਡ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ। ਅੱਜ ਸਵੇਰ ਤੋਂ ਹੀ ਗੁਜਰਾਤ ਦੇ ਸੂਰਤ ਦੇ ਵਿੱਚ ਬਾਰਿਸ਼ ਹੋ ਰਹੀ ਹੈ ਅਤੇ ਨਦੀਆਂ ਦਾ ਪਾਣੀ ਹੁਣ ਪਿੰਡਾਂ ਦੇ ਵੱਲ ਵਧਣਾ ਸ਼ੁਰੂ ਹੋ ਚੁੱਕਾ ਹੈ।